ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਜੀਜੀਡੀ ਐਸਜੀ ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਵਾਕ ਕੀ ਹੈ 30 ਦੀਆਂ ਕਿਸਮਾਂ ਬਾਰੇ ਗੱਲ ਕਰਾਂਗੀ ਇਸ ਵਿਸ਼ੇ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 12ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਹੁਣ ਅਸੀਂ ਗੱਲ ਕਰਾਂਗੇ ਵਾਕ ਕੀ ਹੈ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ ਸ਼ਬਦਾਂ ਦੇ ਸਮੂਹ ਤੋਂ ਵਾਕਾਂਂਚ ਬਣਦੇ ਹਨ ਵਾਕਾਂਂਚਾ ਦੇ ਸਮੂਹ ਤੋਂ ਵਾਕ ਦੀ ਰਚਨਾ ਹੁੰਦੀ ਹੈ ਇਸ ਤਰ੍ਹਾਂ ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈ ਵਾਕ ਵਿੱਚ ਵਾਕ ਤੋਂ ਛੋਟੀ ਇਕਾਈ ਉਪਵਾਕ ਕਹਾਉਂਦੀ ਹੈ ਉਪਵਾਕਾਂ ਦਾ ਵਰਤਾਰਾ ਵਾਕ ਦੀ ਰਚਨਾ ਵਿੱਚ ਇੱਕ ਵਿਸ਼ੇਸ਼ ਹਿੱਸਾ ਪਾਉਂਦਾ ਹੈ ਤੇ ਇਸ ਤਰ੍ਹਾਂ ਇੱਕ ਵਾਕ ਦੂਸਰੇ ਵਾਕ ਨਾਲੋਂ ਵੱਖਰੀ ਕਿਸਮ ਦਾ ਹੋ ਜਾਂਦਾ ਹੈ ਇਸੇ ਕਰਕੇ ਬਣਤਰ ਦੇ ਪੱਖ ਤੋਂ ਵਾਕ ਦੀਆਂ ਕਿਸਮਾਂ ਦੀ ਵੰਡ ਉਸ ਵਿੱਚ ਉਪਵਾਕਾਂ ਦੇ ਵਰਤਾਰੇ ਦੇ ਅਨਸਾਰ ਕੀਤੀ ਜਾਂਦੀ ਹੈ ਇਸ ਪੱਖ ਤੋਂ ਵਾਕਾਂ ਦੀਆਂ ਤਿੰਨ ਕਿਸਮਾਂ ਮੰਨੀਆਂ ਗਈਆਂ ਹਨ ਸਭ ਤੋਂ ਪਹਿਲੀ ਹੈ ਸਧਾਰਨ ਵਾਕ ਦੂਸਰੀ ਸੰਯੁਕਤ ਵਾਕ ਤੀਸਰੀ ਮਿਸ਼ਰਤ ਵਾਕ ਸਭ ਤੋਂ ਪਹਿਲੀ ਕਿਸਮ ਹੈ ਸਧਾਰਨ ਵਾਕ ਪੂਰਨ ਰੂਪ ਵਾਲੀ ਇਕੋ ਕਿਰਿਆ ਵਾਲੇ ਵਾਕ ਨੂੰ ਸਧਾਰਨ ਵਾਕ ਕਹਿੰਦੇ ਹਨ ਬਣਤਰ ਦੇ ਪੱਖ ਤੋਂ ਸਧਾਰਨ ਵਾਕ ਵਿੱਚ ਕੇਵਲ ਇੱਕ ਹੀ ਉਪਵਾਕ ਹੁੰਦਾ ਹੈ ਇਸ ਵਿੱਚ ਇਕੋ ਕਿਰਿਆ ਵਾਕੰਸ਼ ਹੁੰਦਾ ਹੈ ਤੇ ਕਿਰਿਆ ਪੂਰਨ ਰੂਪ ਵਾਲੀ ਹੁੰਦੀ ਹੈ ਇਸ ਵਿੱਚ ਕਿਰਿਆ ਵਾਕੰਸ਼ ਨਾਲ ਹੋਰ ਵਾਕੰਸ਼ ਨਾਭ ਵਾਕੰਸ਼ ਕਿਰਿਆ ਵਾਕੰਸ਼ ਤੇ ਕਿਰਿਆ ਵਿਸ਼ੇਸ਼ਣ ਵਾਕੰਸ਼ ਜੁੜ ਕੇ ਮੁੱਖ ਉਪਵਾਕ ਦੀ ਰਚਨਾ ਕਰਦੇ ਹਨ ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਰੋਟੀ ਖਾਂਦਾ ਹਾਂ ਮੈਂ ਜਲੰਧਰ ਸ਼ਹਿਰ ਵਿੱਚ ਰਹਿੰਦਾ ਹਾਂ ਉਹ ਗੀਤ ਗਾਉਂਦੀ ਰਹੀ ਦੂਸਰੀ ਕਿਸਮ ਹੈ ਸੰਯੁਕਤ ਵਾਕ ਜਿਸ ਵਾਕ ਵਿੱਚ ਇੱਕ ਤੋਂ ਜ਼ਿਆਦਾ ਕਿਰਿਆ ਵਾਕੰਚਾ ਦੀ ਵਰਤੋਂ ਹੋਈ ਹੋਵੇ ਉਸ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ ਕਿਰਿਆ ਵਾਕ ਅੰਚ ਜਦੋਂ ਨਾਵ ਉਪਵਾਕ ਨਾਲ ਜੁੜ ਜਾਂਦਾ ਹੈ ਤਾਂ ਉਪਵਾਕ ਬਣ ਜਾਂਦਾ ਹੈ ਇਸ ਦਾ ਭਾਵ ਇਹ ਹੈ ਕਿ ਸੰਯੁਕਤ ਵਾਕ ਵਿੱਚ ਘੱਟੋ ਘੱਟ ਦੋ ਉਪਵਾਕ ਹੁੰਦੇ ਹਨ ਪਰ ਇਹ ਤੇ ਅਤੇ ਪਰ ਪਰ ਫਿਰ ਵੀ ਇਸੇ ਲਈ ਇਸ ਕਰਕੇ ਸਗੋਂ ਆਧਯੋਜਕਾਂ ਨਾਲ ਜੁੜੇ ਹੁੰਦੇ ਹਨ ਸੰਯੁਕਤ ਵਾਕ ਵਿੱਚ ਜੁੜੇ ਉਪਵਾਕ ਸੁਤੰਤਰ ਬੜਨ ਵਾਲੇ ਹੁੰਦੇ ਹਨ ਅਤੇ ਕੋਈ ਵੀ ਉਪਵਾਕ ਕਿਸੇ ਦੂਸਰੇ ਦੇ ਅਧੀਨ ਨਹੀਂ ਹੁੰਦਾ ਅਰਥਾਤ ਇਹ ਸਾਰੇ ਸਮਾਨ ਉਪਵਾਕ ਹੁੰਦੇ ਹਨ ਜਿਵੇਂ ਛੋਟਾ ਭਰਾ ਖੂ ਹੱਕ ਰਿਹਾ ਸੀ ਤੇ ਵੱਡਾ ਭਰਾ ਨੱਕੇ ਮੋੜ ਰਿਹਾ ਸੀ ਹੁਣ ਇਸ ਵਿੱਚ ਦੋ ਉਪਵਾਕ ਹਨ ਪਹਿਲਾ ਛੋਟਾ ਭਰਾ ਖੂ ਹੱਕ ਰਿਹਾ ਸੀ ਦੂਸਰਾ ਵੱਡਾ ਭਰਾ ਨੱਕੇ ਮੋੜ ਰਿਹਾ ਸੀ ਤੀਸਰੀ ਕਿਸਮ ਹੈ ਮਿਸ਼ਰਤ ਵਾਕ ਇੱਕ ਤੋਂ ਵੱਧ ਕਿਰਿਆਵਾਂ ਵਾਲੇ ਉਪਵਾਕ ਨੂੰ ਮਿਸ਼ਰਤ ਵਾਕ ਕਿਹਾ ਜਾਂਦਾ ਹੈ ਜਿਸ ਵਿੱਚ ਇੱਕ ਮੁੱਖ ਵਾਕ ਹੁੰਦਾ ਹੈ ਤੇ ਬਾਕੀ ਸਾਰੇ ਅਧੀਨ ਉਪਵਾਕ ਮੁੱਖ ਉਪਵਾਕ ਵਿੱਚ ਕਿਰਿਆ ਪੂਰਨ ਹੁੰਦੀ ਹੈ ਪਰ ਅਧੀਨ ਉਪਵਾਕ ਅਪੂਰਨ ਹੁੰਦੇ ਹਨ ਅਧੀਨ ਉਪਵਾਕ ਮੁੱਖ ਉਪਵਾਕ ਨਾਲ ਅਧੀਨ ਯੋਜਕਾਂ ਕੇ ਜਿਵੇਂ ਜਿਹੜੇ ਜਿਹੜੀ ਜਿਨ੍ਹਾਂ ਆਧ ਨਾਲ ਇਸ ਤਰ੍ਹਾਂ ਜੁੜੇ ਹੁੰਦੇ ਹਨ ਕਿ ਉਹ ਮੁੱਖ ਉਪਵਾਕ ਦਾ ਹੀ ਅੰਗ ਬਣ ਜਾਂਦੇ ਹਨ ਜਿਵੇਂ ਵਿਦਿਆਰਥੀ ਮਿਹਨਤ ਕਰਨਗੇ ਕਾਮਾ ਪਾਸ ਹੋ ਜਾਣਗੇ ਇਹ ਇੱਕ ਮਿਸ਼ਰਤ ਵਾਕ ਹੈ ਇਸ ਵਿੱਚ ਦੋ ਵਾਕ ਜੇ ਜੋੜਕ ਨਾਲ ਜੁੜੇ ਹੋਏ ਹਨ ਇਹ ਵਾਕ ਹਨ ਇਸ ਵਿੱਚ ਪਹਿਲਾ ਹੈ ਵਿਦਿਆਰਥੀ ਪਾਸ ਹੋ ਜਾਣਗੇ ਦੂਜਾ ਵਾਕ ਹੈ ਜੇ ਮਿਹਨਤ ਕਰਨਗੇ ਪੰਜਾਬੀ ਵਿੱਚ ਕੇ ਜਾਂ ਕਿਉਂਕਿ ਨਾਲ ਆਰੰਭ ਹੋਣ ਵਾਲੇ ਅਧੀਨ ਉਪਵਾਕ ਮੁੱਖ ਵਾਕ ਮਗਰੋਂ ਆਉਂਦੇ ਹਨ ਉਹ ਦੂਸਰੇ ਮੁੱਖ ਵਾਕ ਤੋਂ ਪਹਿਲਾਂ ਜਿਵੇਂ ਤੂੰ ਉਥੇ ਕਿਉਂ ਗਿਆ ਤੁਹਾਡਾ ਘਰ ਕਿੱਥੇ ਹੈ ਧੰਨਵਾਦ